ਮਹਾਪੁਰਸ਼ਾਂ ਦੇ ਨਾਂ ਤੇ ਬਾਬੇ ਨੇ ਕਿਰਪਾ ਕਰਤੀ ਹੈ ਕਿਉਂਕਿ ਜਿੰਨਾ ਕੁ ਮੀਂਹ ਪੈ ਗਿਆ ਕੋਈ ਚੱਕਰ ਨਹੀਂ ਗਾ ਪਰ ਇਹ ਤੋਂ ਅੱਗੇ ਮੌਸਮ ਵਧੀਆ ਰਵੇ ਆਪਾਂ ਇਹ ਹਾਲੇ ਵੀ ਦੁਆ ਕਰਨੀ ਹੈ ਲਓ ਰੇਡ ਪਾਉਣ ਦੇ ਲਈ ਬਣਿਆ ਹੋਇਆ ਨੌਜਵਾਨ ਨੱਥੂ ਵਾਲੀਆ ਤੇ ਸਾਹਮਣੇ ਕਹਿੰਦੇ ਚਾਰ ਜਾਫੀ ਤਿਆਰ ਹੈ ਪੱਟਾਂ ਦੇ ਥਾਪੀਆਂ ਵੱਜ ਰਹੀਆਂ ਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਵਾਵੇਗਾ ਲਓ ਸਮਾਧ ਭਾਈ ਵਾਲੇ ਚਾਰ ਤੇ ਚਾਰ ਹੀ ਤਿਆਰ ਤੇ ਇਸ਼ਾਰਾ ਹੋ ਗਿਆ ਵੀ ਨੰਬਰ ਰੇਡਰ ਦੇ ਹਿੱਸੇ ਜਾ ਜੜਿਆ ਹੈ ਅਗਲੀ ਰੇਡ ਕਹਿੰਦੇ ਖਰਾਜੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਖਰਾਜੀ ਦੀ ਰੇਡ ਪੈ ਗਈ ਮੇਰੇ ਵੀਰੋ ਹੁਣ ਵੇਖਦਾ ਵੀ ਚਾਰ ਹੈ ਨੱਥੂਵਾਲ ਗਰਬੀ ਦੀ ਧਰਤੀ ਦਾ ਕੌਣ ਗਬਰੂ ਇਹ ਗੱਲ ਸਮੇਂ ਦੀ ਹੈ ਲਓ ਸਾਹਮਣੇ ਸੇਵਕ ਦੇ ਨਾਲ ਮੁਕਾਬਲਾ ਹੋ ਚੁੱਕਿਆ ਜਿਹੜਾ ਤੀਰ ਨਿਸ਼ਾਨੇ ਉਹ ਖੁੰਝ ਜੇ ਉਹ ਕਾਹਦਾ ਹੈ ਹਥਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾ ਕਰਜੇ ਵਾਰ ਸੋਨੂੰ ਨੰਬਰਦਾਰ ਤੇ ਪ੍ਰੇਮ ਵੀਰ ਵੱਲੋਂ ਕਲੀ ਵਾਲਾ ਧਰਨਾ ਜਿਹੜਾ ਉਹਨੂੰ 500 ਰੁਪਇਆ ਮੇਰੇ ਕੋਲੋਂ ਲੈ ਜਾਵੇ ਉਹ ਬੱਟੂ ਸਿਵਰਾਜ ਲਓ ਸਾਹਮਣੇ ਕਹਿੰਦੇ ਨੀਲਾ ਰੇਡ ਭਾਰਿਆ ਨੱਥੂ ਵਾਲੀ ਹੈ ਰਾਣੀ ਫਲੱਡ ਦੀ ਹੈ ਗੱਲਾਂ ਚੱਲੀਆਂ ਪਰ ਆਹ ਮੁੰਡਾ ਵੀ ਕਹਿੰਦੇ ਸੋਹਣੇ ਧਾਵੇ ਬੋਲਦਾ ਲਓ ਨੀਲਾ ਕਹਿੰਦੇ ਇੱਕ ਤਕੜਾ ਨੰਬਰ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਭੈਣੀ ਬਾਈਆ ਤੇ ਚੜਕ ਜਲਾਲ ਤੇ ਡਗਰੂ ਮਾਣੂ ਕੇ ਗਿੱਲ ਤੇ ਮਧੇ ਕੇ ਇਹਨਾਂ ਸਾਰੀਆਂ ਟੀਮਾਂ ਨੂੰ ਸਾਡੀ ਬੇਨਤੀ ਹੈ ਵੀ ਟੀਮਾਂ ਤਿਆਰੀ ਕਰ ਲੈਣ ਤੇ ਜਿਹੜਾ ਆਪਣਾ ਚੈੱਕਅਪ ਉਹ ਵੇਟਿੰਗ ਬਾਕਸ ਦੇ ਵਿੱਚ ਹੀ ਕਰਿਆ ਕਰਨ ਇੰਨੀ ਕੁ ਬੇਨਤੀ ਹੈ ਸਾਰੇ ਖਿਡਾਰੀਆਂ ਨੂੰ ਲਓ ਖਰਾਜੀ ਦੀ ਰੇਡ ਪੈ ਰਹੀ ਹੈ ਕਦੇ ਪਿੱਥੋਂ ਵਾਲੇ ਖਰਾਜੀ ਦੀਆਂ ਗੱਲਾਂ ਚੱਲੀਆਂ ਪਰ ਸਾਹਮਣੇ ਚਾਰ ਜਾਫੀ ਤਿਆਰ ਇਸ਼ਾਰਾ ਕਹਿੰਦੇ ਫਿੱਡਿਆਂ ਵਾਲੇ ਸੁਖਵੰਦਰ ਦਾ ਵੀ ਨੰਬਰ ਰੇਡੋ ਦੇ ਉੱਤੇ ਜਾ ਜੁੜਿਆ ਸਾਡੀ ਬੇਨਤੀ ਹੈ ਜੀ ਗੋਗੀ ਨੰਬਰਦਾਰ ਜੀ ਉਹ ਸਾਡੇ ਵੀਰ ਨੇ ਸਟੇਜ ਦੇ ਸਾਹਮਣੇ ਪਹੁੰਚਣਗੇ ਤੇ ਨਾਲ ਕਲਵਿੰਦਰ ਵਿੱਲਾ ਇੱਕ ਗੈਕੀ ਵਾਲਾ ਇੱਕ ਸਾਡਾ ਵੀਰ ਏ ਕਲਵਿੰਦਰ ਵਿੱਲਾ ਜ਼ਰੂਰ ਪੁੱਜਣਗੇ ਲੋ ਪਈ ਹੋਈ ਰੇਡ ਨੱਥੂਵਾਲ ਗਰਬੀ ਦੀ ਟੀਮ ਤਰਫੋਂ ਆ ਲੰਘਿਆ ਨਹੀਂ ਇਹ ਗਰਜੀਤ ਦਾ ਫੈਸਲਾ ਵੀ ਪੁਆਇੰਟ ਰੇਡਰ ਨੇ ਆਪਣੀ ਟੀਮ ਦੇ ਹਿੱਸੇ ਜਾ ਜੋੜਿਆ ਅਗਲੀ ਰੇਡ ਪੈ ਚੁੱਕੀ ਹੈ ਲੈ ਵੀ ਸਖਰਾਜ ਕਰ ਵੀ ਗੱਲ ਨੌਜਵਾਨਾਂ ਲੋ ਕਹਿੰਦੇ ਸਮਾਧ ਵਾਲਾ ਖਰਾਜੀ ਰੇਡ ਪਾਉਣ ਦੇ ਲਈ ਤਿਆਰ ਹੈ ਆਹ ਮੈਚ ਤੋਂ ਬਾਅਦ ਸੰਤ ਬਾਬਾ ਗੁਰਦੀਪ ਸਿੰਘ ਜੀ ਚੰਦ ਪੁਰਾਣੇ ਮਹਾਂਪੁਰਸ਼ਾਂ ਵੱਲੋਂ ਕਹਿੰਦੇ ਨਿਰਮਲ ਦਾਸ ਮੋਟਰਸਾਈਕਲ ਦਾ ਸਨਮਾਨ ਹੋਵੇਗਾ ਜਿੰਨੀਆਂ ਵੀ ਰਿਸਪੈਕਟਡ ਸ਼ਖਸੀਅਤਾਂ ਨਾਲ ਪੁੱਜੀਆਂ ਹੋਈਆਂ ਸਾਰਿਆਂ ਦਾ ਧੰਨਵਾਦ ਹੈ ਬਾਬਾ ਗੁਰਦੀਪ ਸਿੰਘ ਜੀ ਚੰਦ ਪੁਰਾਣੇ ਵਾਲੇ ਉਹ ਵੀ ਗਰਾਊਂਡ ਦੇ ਵਿੱਚ ਆਉਣਗੇ ਲੈ ਵੀ ਨਿਰਮਲ ਤਿਆਰੀ ਕਰ ਲਾ ਮੈਚ ਤੋਂ ਬਾਅਦ ਸਨਮਾਨ ਹੋਵੇਗਾ ਲਓ ਸਾਹਮਣੇ ਨੀਲੇ ਦੀ ਰੇਡ ਪੈ ਰਹੀ ਹੈ ਕਹਿੰਦੇ ਸੈਦੋ ਕੇ ਵਾਲੇ ਐਟਮ ਦੀਆਂ ਗੱਲਾਂ ਪਰ ਦੇਖੋ ਵੀ ਨੱਥੂ ਵਾਲੀ ਹੈ ਨੀਲਾ ਇੱਕ ਤਕੜਾ ਨੰਬਰ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਭੈਣੀ ਬਾਈ ਆ ਤੇ ਚੜਿੱਕ ਦੀਆਂ ਟੀਮਾਂ ਤਿਆਰੀ ਕਰ ਲੈਣ ਲੈ ਵੀ ਬਾਦਲ ਵੇਖ ਆ ਚੜਿੱਕ ਵਾਲੇ ਮੁੰਡੇ ਆ ਗਏ ਆ ਕਿ ਨਹੀਂ ਆਏ ਹੈ ਸਾਹਮਣੇ ਖਰਾਜੀ ਦੀ ਰੇਡ ਔਰ ਨੱਥੂ ਵਾਲੀਆ ਟੁੱਟ ਕੇ ਲੱਗ ਗਿਆ ਦੋ ਖਿਡਾਰੀਆਂ ਦੀ ਟੱਕਰ ਕਦੇ ਸੱਜੇ ਕਦੇ ਖੱਬੇ ਔਰ ਖਰਾਜੀ ਵੀ ਉੱਡ ਜੂ ਕਰਦਾ ਔਰ ਬਿਲਕੁਲ ਹੰਦਿਆਂ ਦੇ ਲਾਗੇ ਜ਼ੋਰ ਲੱਗਾ ਹੋਇਆ ਐਨ ਮੁੰਡੇ ਨੇ ਬਗਲਾਂ ਭਰ ਲੀਆਂ ਫੈਸਲਾ ਕੀ ਹੋਵੇਗਾ ਔਰ ਜ਼ੋਰ ਲੱਗਾ ਹੋਇਆ ਕੈਂਚੀ ਵੱਜ ਗਈ ਲੈ ਵੀ ਕੜਿਆਲ ਵਾਲਿਆ ਲੈ ਵੀ ਦਿਮਾਗ ਇੱਕ ਮੈਕ ਲੈ ਕੇ ਸਟੇਜ ਦੇ ਸਾਹਮਣੇ ਆਵੇਗਾ ਸਾਡਾ ਦਿਮਾਗ ਬਾਈ ਕਿਉਂਕਿ ਇੱਧਰ ਮਾਣ ਸਨਮਾਨ ਬਹੁਤ ਜ਼ਰੂਰੀ ਹੈ ਵਾਹਿਗੁਰੂ ਮਿਹਰ ਕਰੇ ਕਿਸੇ ਵੀ ਖਿਡਾਰੀ ਦਾ ਬਾਲ ਵੀ ਵਿੰਗਾ ਨਾ ਹੋਵੇ ਲੈ ਵੀ ਸੁੱਖਿਆ ਇੱਕ ਮਾਈਕ ਲੈ ਕੇ ਉੱਧਰ ਸਾਡੇ ਬਾਈਆਂ ਕੋਲੇ ਪੁੱਜੇਗਾ ਸੁੱਖਾ ਅਗਲੀ ਰੇਡ ਕਹਿੰਦੇ ਕੌਰਾ ਲੰਡਿਆਂ ਵਾਲਾ ਪਾਉਣ ਦੇ ਲਈ ਤਿਆਰ ਹੈ ਬਿਕਰ ਲੰਡਿਆਂ ਵਾਲੇ ਦੀ ਯਾਦ ਦੇ ਵਿੱਚ ਕਹਿੰਦੇ ਪਿਛਲੇ ਦਿਨ ਵੱਡਾ ਮੇਲਾ ਹੋਇਆ ਆਓ ਸਾਹਮਣੇ ਕੌਰੇ ਦੀ ਪਈ ਹੋਈ ਰੇਡ ਤੇ ਨੌਜਵਾਨ ਨੇ ਕਹਿੰਦੇ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਲਓ ਜੀ ਇਧਰ ਮਹਾਂਪੁਰਸ਼ਾਂ ਵੱਲੋਂ ਮੋਟਰਸਾਈਕਲ ਸਨਮਾਨ ਸਾਡਾ ਵੀਰ ਅਮਨ ਬਰਾੜ ਲੰਗਿਆਣੀਆਂ ਪਹੁੰਚ ਚੁੱਕਾ ਸਾਡੇ ਦਰਮਿਆਨ ਜੀ ਆਖਦੇ ਆ ਹਾਂਜੀ ਦੱਸੋ ਸਾਡੇ ਤਾਰਾ ਸਿੰਘ ਜੀ ਸਾਡੇ ਕੈਨੇਡਾ ਵਾਲੇ ਸਵਰਗਵਾਸੀ ਸਰਦਾਰ ਮੁਖਤਿਆਰ ਇਸ ਪਰਿਵਾਰ ਨੇ 41,000 ਸਾਨੂੰ ਰੁਪਈਆ ਦਿੱਤਾ ਹੈ ਹੈਪੀ ਸਾਡਾ ਵੀਰ ਪੰਜਾਬ ਲਾਈਵਾਂ ਵਾਲਾ ਕਿੱਥੇ ਹੈ ਕੈਮਰੇ ਵਾਲਾ ਹੈਪੀ ਵੀਰ ਆਈ ਕਿਹੜਾ ਔਰ ਮਹਾਂਪੁਰਸ਼ਾਂ ਦੇ ਹੱਥੋਂ ਇੱਕ ਸ਼ਾਨਦਾਰ ਮੋਮੈਂਟੋ ਜਿਹੜਾ ਦਿੱਤਾ ਜਾ ਰਿਹਾ ਹੈ ਬਾਈ ਤਾਰ ਬਹੁਤ ਹੀ ਸਤਿਕਾਰਯੋਗ ਵੀਰ ਹੈ ਔਰ ਜਿਹਨਾਂ ਨੇ ਸਾਨੂੰ 41,000 ਰੁਪਈਆ ਆਪਣੇ ਬਜ਼ੁਰਗਾਂ ਦੀ ਯਾਦ 'ਚ ਦਿੱਤਾ ਹੈ ਸੋ ਬਹੁਤ ਬਹੁਤ ਧੰਨਵਾਦ ਔਰ ਨਾਲ ਹੀ ਹਾਂਜੀ ਭੈਣੀ ਬਾਈਆ ਤੇ ਚੜੈਕ ਦੋਨੇ ਟੀਮਾਂ ਤਿਆਰ ਰਹਿਣ ਜੀ ਭੈਣੀ ਬਾਈਆ ਤੇ ਚੜੈਕ ਨਿਰਮਲ ਸਿੰਘ ਜੀ ਕੈਨੇਡਾ ਸਾਡੇ ਬਹੁਤ ਹੀ ਪਿਆਰੇ ਵੀਰ ਹੈ ਇਹਨਾਂ ਦਾ ਮਾਣ ਸਨਮਾਨ ਮਹਾਂਪੁਰਸ਼ਾਂ ਤੋਂ ਕਰਵਾਇਆ ਜਾਵੇਗਾ ਸੰਤ ਬਾਬਾ ਗੁਰਦੀਪ ਸਿੰਘ ਜੀ ਚੰਦ ਪੁਰਾਣੇ ਵਾਲੇ ਅੱਜ ਜੱਦੀ ਪਿੰਡ ਦੇ ਵਿੱਚ ਰੌਣਕਾਂ ਲੱਗੀਆਂ ਨੇ ਨਿਰਮਲ ਸਿੰਘ ਜੀ ਕੈਨੇਡਾ ਆਓ ਨਿਰਮਲ ਸਿੰਘ ਜੀ ਇਸ ਮੈਚ ਚ ਨੱਥੂ ਵਾਲਾ ਗਰਬੀ ਜੇਤੂ ਰਹੀ ਹੈ ਨੋਟ ਕਰ ਲਿਓ